ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜੀ ਆਪਾਂ ਇਸ ਵੀਡੀਓ ਵਿੱਚ YouTube ਦੇ ਥੰਬਨੇਲ ਬਣਾਉਣਾ ਸਿੱਖਾਂਗੇ, ਕਿਉਂਕਿ ਥੰਬਨੇਲ ਬਹੁਤ ਜ਼ਰੂਰੀ ਹੁੰਦੇ ਆ। ਜੇ ਆਪਣਾ ਥੰਬਨੇਲ ਹੀ ਵਧੀਆ ਨਾ ਹੋਇਆ, ਕਿਸੇ ਨੇ ਨਹੀਂ ਸਾਡੀ ਵੀਡੀਓ 'ਤੇ ਕਲਿੱਕ ਕਰਨਾ, ਠੀਕ ਆ ਨਾ। ਸੋ ਵਧੀਆ ਥੰਬਨੇਲ ਬਣਾਉਣ ਲਈ ਦੇਖੋ ਵੀਡੀਓ, ਠੀਕ ਆ। ਪਹਿਲੇ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ। ਓਕੇ ਆਇਓ, ਇਹਦੇ ਲਈ ਸਭ ਤੋਂ ਪਹਿਲੇ ਆਪਾਂ ਆਪਣਾ ਕੈਨਵਾ ਐਪ ਓਪਨ ਕਰਨਾ, ਅਤੇ ਉੱਪਰ ਉਹ ਸਰਚ ਬਾਰ 'ਚ ਸਰਚ ਕਰਨਾ ਆਪਾਂ YouTube ਥੰਬਨੇਲ। ਇਹ ਲਿਖਤਾ YouTube ਥੰਬਨੇਲ, ਲਿਖ ਕੇ ਕਰਤਾ ਆਪਾਂ ਸਰਚ। ਨੀਚੇ ਕਿੰਨੇ ਸੋਹਣੇ ਸੋਹਣੇ ਵਧੀਆ ਵਧੀਆ ਟੈਂਪਲੇਟ ਜੇ ਬਣੇ ਆਏ ਨੇ, ਇਹਨੇ ਹੈਗੇ ਆ ਨਾ। ਇਹ 'ਚ ਕੁਛ ਪੇਡ ਨੇ ਅਤੇ ਕੁਛ ਫਰੀ ਨੇ, ਹੈ ਨਾ। ਕਿੰਨੇ ਵਧੀਆ ਵਧੀਆ ਆ, ਜਿਹੜਾ ਆਪਾਂ ਨੂੰ ਵਧੀਆ ਲੱਗਦਾ ਉਹ ਵਾਲਾ ਆਪਾਂ ਚੂਜ਼ ਕਰ ਲੈਣਾ ਆਪਾਂ, ਪਰ ਕਰਨਾ ਆਪਾਂ ਸਿਰਫ ਫਰੀ ਵਾਲਾ ਚੂਜ਼, ਹੈ ਨਾ। ਇਹਦੇ ਲਈ ਉੱਪਰ ਜਾ ਕੇ ਆਪਾਂ ਉਹ ਲਾਈਨ ਜੀ ਨੂੰ ਇੱਧਰ ਨੂੰ ਕਰਾਂਗੇ ਡੱਬਿਆਂ ਨੂੰ, ਅਤੇ ਇੱਥੇ ਲਾਸਟ 'ਚ ਪ੍ਰਾਈਸਿੰਗ 'ਚ ਜਾ ਕੇ ਆਪਾਂ ਕਰ ਦੇਣਾ ਫਰੀ ਵਾਲਾ ਸਿਲੈਕਟ, ਅਤੇ ਕਰ ਦੇਣਾ ਅਪਲਾਈ। ਇਹਦੇ ਨਾਲ ਸਿਰਫ ਫਰੀ ਵਾਲੇ ਸ਼ੋ ਹੋਣਗੇ। ਉੱਦਾਂ ਸਭ ਮਿਕਸ ਜਿਹਾ ਕੰਮ ਆਉਂਦਾ ਸੀਗਾ, ਆਪਾਂ ਨੂੰ ਲੱਭਣੇ ਔਖੇ ਹੋਏ ਨੇ ਫਰੀ ਆ ਕੇ ਪੇਡ ਆ, ਹੈ ਨਾ। ਇੱਦਾਂ ਸਾਰੇ ਫਰੀ ਵਾਲੇ ਆ ਗਏ, ਦੇਖੋ ਕਿੰਨੇ ਵਧੀਆ ਵਧੀਆ ਆ। ਹੁਣ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਉਹ ਵਾਲਾ ਸਿਲੈਕਟ ਕਰ ਲੈਣਾ, ਜਿਵੇਂ ਮੈਂ ਆਹ ਵਾਲਾ ਇੱਕ ਸਿਲੈਕਟ ਕਰਦਾ ਬਲੂ ਐਂਡ ਯੈਲੋ ਵਾਲਾ। ਹੁਣ ਇਹ 'ਚ ਆਪਾਂ ਸਭ ਕੁਛ ਚੇਂਜ ਕਰ ਦੇਣਾ ਇਹਨਾਂ ਦਾ, ਜਿੱਦਾਂ ਫੋਟੋ ਹੋ ਗਈ, ਟੈਕਸਟ ਹੋ ਗਈ, ਆਹ ਵਾਲੀ ਫੋਟੋ ਹੋ ਗਈ। ਇਹਦੇ ਲਈ ਸਭ ਤੋਂ ਪਹਿਲੇ ਆਪਾਂ ਆਪਣੀ ਇੱਕ ਫੋਟੋ ਖਿਚਾ ਲੈਣੀ ਹੈ ਇੱਥੇ ਲਾਉਣ ਨੂੰ। ਉਹ ਜਿੱਦਾਂ ਦੀ ਤੁਸੀਂ ਵੀਡੀਓ ਬਣਾਓਗੇ ਉਸ ਰਿਲੇਟਿਡ ਫੋਟੋ ਖਿੱਚ ਲਿਓ। ਹੁਣ ਜਿੱਦਾਂ ਮੈਂ ਇੱਕ ਫੋਟੋ ਖਿੱਚ ਕੇ ਰੱਖੀ ਹੋ ਆ, ਤੁਹਾਨੂੰ ਦਿਖਾਉਣਾ ਆ ਰਹੀ ਹੈਗੀਆਂ ਨਾ ਫੋਟੋਆਂ। ਹੁਣ ਇਹਦਾ ਕਰਾਂਗੇ ਆਪਾਂ ਸਭ ਤੋਂ ਪਹਿਲੇ ਬੈਕਗਰਾਉਂਡ ਰਿਮੂਵ। ਇਹਦੇ ਲਈ ਜਾਣਾ ਆਪਾਂ ਗੂਗਲ 'ਤੇ, ਅਤੇ ਇੱਥੇ ਜਾ ਕੇ ਸਰਚ ਕਰਨਾ ਆਪਾਂ ਫੋਟੋ ਰੂਮ। ਓਏ ਓਏ ਰੂਮ ਸਪੈਲਿੰਗ ਗਲਤ ਹੋ ਗਈ, ਹਾਂ ਫੋਟੋ ਰੂਮ BG ਰਿਮੂਵਰ। ਆ ਸਰਚ ਮਾਰਤਾ, ਇਹ 'ਚ ਪਹਿਲੇ ਵਾਲੀ ਵੈਬਸਾਈਟ ਆਪਾਂ ਓਪਨ ਕਰ ਦੇਣੀ। ਇਹ 'ਚ ਆਪਣੀ ਫੋਟੋ ਸਿਲੈਕਟ ਕਰਨੀ, ਇਹਨੇ ਇੱਥੇ ਇਹਦਾ ਬੈਕਗਰਾਊਂਡ ਰਿਮੂਵ ਕਰ ਦੇਣਾ ਆਪਣੇ ਆਪ, ਠੀਕ ਆ। ਹੋ ਗਿਆ ਬੈਕਗਰਾਊਂਡ ਰਿਮੂਵ, ਉਹ ਤੋਂ ਬਾਅਦ ਕਰ ਦੇਣਾ ਡਾਊਨਲੋਡ 'ਤੇ ਕਲਿੱਕ ਕਰਕੇ ਸਟੈਂਡਰਡ ਡਾਊਨਲੋਡ। ਇੱਥੇ ਕਈ ਵੇਲੇ ਡਾਊਨਲੋਡ ਹੋ ਜਾਂਦੀ ਹੁੰਦੀ ਆ, ਮੇਰੇ ਪਤਾ ਨਹੀਂ ਕੀ ਪ੍ਰੋਬਲਮ ਹੋ ਰਹੀ ਹੈ, ਇੱਥੇ ਹੁੰਦੀ ਨਹੀਂ। ਫਿਰ ਮੈਂ ਉਹ 3 ਡੋਟ 'ਤੇ ਕਲਿੱਕ ਕੀਤਾ, ਇੱਥੇ ਮੈਂ ਆਪਣੀ ਫੋਟੋ ਕਰ ਦੂੰਗਾ ਹੋਰ ਮਾੜਾ ਇੱਧਰ ਨੂੰ ਕਰਾਂਗਾ ਸਕਰੋਲ, ਆ ਫੋਲਡਰ 'ਚ ਕਰਕੇ ਕੋਪੀ 2 'ਚ ਇਹ 'ਚ ਕਰ ਦੇਣੀ ਪੇਸਟ। ਇਹ ਹੋ ਜਾਣੀ ਪੇਸਟ, ਇਹ 'ਚ ਫੋਟੋ ਮੇਰੇ ਫੋਨ 'ਚ ਸੇਵ ਹੋ ਜਾਣੀ। ਇਹ ਦੇਖ ਲਿਓ, ਇਹ ਕਰ ਲਿਓ ਫੋਟੋ ਰੂਮ BG ਰਿਮੂਵਰ, ਜਾਂ ਇੱਕ ਸਿਰਫ BG ਰਿਮੂਵਰ ਕਰਕੇ ਸਰਚ ਮਾਰੂੰਗੇ, ਇੱਕ ਵੈਬਸਾਈਟ ਆ ਜਾਣੀ ਆ, ਉੱਥੋਂ ਵੀ ਬੈਕਗਰਾਊਂਡ ਰਿਮੂਵ ਹੋ ਜਾਣਾ, ਜਿਹ 'ਚ ਤੁਹਾਨੂੰ ਵਧੀਆ ਲੱਗਦਾ ਉਹ 'ਚ ਕਰ ਲਿਓ, ਠੀਕ ਆ। ਉਹ ਤੋਂ ਬਾਅਦ ਫਿਰ ਆਪਾਂ ਆਪਣਾ ਕੈਨਵਾ ਐਪ ਓਪਨ ਕਰਨਾ, ਫੋਟੋ ਸਿਲੈਕਟ ਕਰਨੀ ਉਹਦੀ ਕੁੜੀ ਦੀ, ਅਤੇ ਉਹ ਥੱਲੇ ਰਿਪਲੇਸ ਦਾ ਆਪਸ਼ਨ ਆ ਗਿਆ, ਉਹਦੇ 'ਤੇ ਕਰਨਾ ਕਲਿੱਕ, ਅਤੇ ਇੱਥੇ ਆਪਾਂ ਆਪਣੀ ਫੋਟੋ ਸਿਲੈਕਟ ਕਰ ਲੈਣੀ। ਥੋੜ੍ਹੀ ਦੇਰ ਆ ਬਲੈਕ ਬਲੈਕ ਆਊਗਾ, ਆਪਣੇ ਆਪ ਰਿਮੂਵ ਹੋ ਜਾਂਦਾ ਵਾ, ਕਿਉਂਕਿ ਟ੍ਰਾਂਸਪੇਰੈਂਟ ਆਪਾਂ ਕਰਤੀ ਆ ਬੈਕਗਰਾਊਂਡ, ਅਤੇ ਇਹਨੂੰ ਫੋਟੋ ਨੂੰ ਵੱਡੀ ਕਰਕੇ ਆਪਾਂ ਐਂ ਰੱਖ ਲੈਣਾ ਟਿਕਾ ਕੇ, ਜਿੰਨੀ ਕੁ ਵਧੀਆ ਲੱਗਦੀ ਆ, ਠੀਕ ਆ ਨਾ। ਉਹ ਤੋਂ ਬਾਅਦ ਥੱਲੇ ਜਾਣਾ ਆਪਾਂ ਐਡਜਸਟ 'ਚ, ਆਪਾਂ ਆਪਣੀ ਕੁਆਲਿਟੀ ਵੀ ਸਹੀ ਕਰਨੀ ਆ ਨਾ ਫੋਟੋ ਦੀ, ਐਡਜਸਟ 'ਤੇ ਕਲਿੱਕ ਕਰਕੇ, ਅਤੇ ਥੱਲੇ ਆਪਾਂ ਪਹਿਲੇ ਜਾਣਾ ਆਪਾਂ ਕੰਟਰਾਸਟ, ਕੰਟਰਾਸਟ ਨੂੰ ਆਪਾਂ ਕਰ ਦਾਂਗੇ ਵਧਾ ਦਾਂਗੇ, ਆਹ ਦੇਖੋ ਸ਼ਾਰਪ ਜਿਹੀ ਲੱਗਣ ਲੱਗ ਗਈ ਫੋਟੋ। ਉਹ ਤੋਂ ਬਾਅਦ ਹਾਈਲਾਈਟਸ, ਹਾਈਲਾਈਟਸ ਥੋੜ੍ਹੇ ਜਿਹੇ ਵਧਾ ਦਾਂਗੇ, ਹਾਂ ਹੁਣ ਠੀਕ ਆ, ਹੋ ਗਈ ਫੋਟੋ ਆਪਣੀ ਸਹੀ ਜੱਚ ਗਈ। ਉਹ ਤੋਂ ਬਾਅਦ ਆਪਾਂ ਇਹਨੂੰ ਚੱਕ ਕੇ ਰੱਖ ਦਾਂਗੇ ਸਾਈਡ 'ਤੇ, ਇਹਨੂੰ ਕਰ ਦਾਂਗੇ ਡਿਲੀਟ, ਸਿਲੈਕਟ ਕਰਕੇ ਉੱਪਰੋਂ ਡਿਲੀਟ ਹੋ ਜਾਣਾ ਡਿਲੀਟ।
ਹੁਣ ਟੈਕਸਟ ਨੂੰ ਆਪਾਂ ਥੋੜ੍ਹਾ ਨੀਚੇ ਕਰਾਂਗੇ, ਇਹਨੂੰ ਕਰਾਂਗੇ ਚੇਂਜ। ਇਹਦੇ 'ਤੇ ਡਬਲ ਟੈਪ ਕਰਕੇ ਆਪਾਂ ਲਿਖ ਦਾਂਗੇ ਹੁਣ ਮਾਏ ਫਸਟ। ਠੀਕ ਆ, ਇਸ ਡੱਬਾ ਜਿਹਾ ਵੱਡਾ ਆ ਨਾ, ਇਹਨੂੰ ਸਾਈਡ 'ਚੋਂ ਫੜ ਕੇ ਛੋਟਾ ਜਿਹਾ ਕਰ ਦਾਂਗੇ, ਅਤੇ ਨੀਚੇ ਵਾਲਾ ਜਿਹੜੀ ਪੱਟੀ ਲੱਗੀ ਹੋਈ ਯੈਲੋ ਕਲਰ ਦੀ ਇਹਨੂੰ ਵੀ ਆਪਾਂ ਛੋਟੀ ਕਰ ਦਾਂਗੇ ਟੈਕਸਟ ਦੇ ਅਕੋਰਡਿੰਗ। ਕਰਕੇ ਰੱਖਤਾ ਸੈਟਿੰਗ ਜੀ ਕਰਕੇ, ਇਹਨੂੰ ਵੀ ਰੱਖ ਦਾਂਗੇ ਗੱਬੇ, ਅਤੇ ਥੱਲੇ ਆਪਸ਼ਨ ਹੈਗਾ ਵਾ ਫੋਂਟ ਸਾਈਜ਼ ਦਾ, ਹੈ ਨਾ, ਉਹਦੇ 'ਤੇ ਕਰਾਂਗੇ ਕਲਿੱਕ ਅਤੇ ਸਾਈਜ਼ ਨੂੰ ਵਧਾ ਦਾਂਗੇ। ਡੱਬੇ ਨੂੰ ਥੋੜ੍ਹਾ ਖੋਲ ਦਾਂਗੇ ਕਿਉਂਕਿ ਨਹੀਂ ਤਾਂ ਸਪੈਲਿੰਗ ਨੀਚੇ ਆ ਜਾਂਦੇ ਹੁੰਦੇ ਅੱਧੇ ਇਹਦੇ ਨਾਲ, ਸੋ ਇਹਨੂੰ ਉਨਾ ਹੀ ਰੱਖਾਂਗੇ ਜਿੰਨਾ ਆਪਣਾ ਵਰਡ ਆ। ਉਹ ਤੁਹਾਡਾ ਮੋਬਾਈਲ ਸਿਲੈਕਟ ਕਰਾਂਗੇ, ਇੱਥੇ ਲਿਖ ਦਾਂਗੇ ਆਪਾਂ ਵਲੋਗ, ਮਾਈ ਫਸਟ ਵਲੋਗ। ਠੀਕ ਆ, ਇਹਨੂੰ ਵੀ ਛੋਟਾ ਜਿਹਾ ਕਰ ਦਾਂਗੇ ਅਤੇ ਚੱਕ ਕੇ ਰੱਖ ਦਾਂਗੇ ਉਹਦੇ ਨੀਚੇ। ਸੈਟਿੰਗ ਜਿਹਾ ਕਰਕੇ ਰੱਖਤਾ ਆਪਾਂ ਜਿੰਨਾ ਕੁ ਵਧੀਆ ਲੱਗਣਾ ਇਹ, ਇੱਥੇ ਕੁ ਠੀਕ ਆ, ਓਕੇ। ਉਹ ਤੋਂ ਬਾਅਦ ਆਪਾਂ ਥੱਲੇ ਹੈਗਾ ਆਪਸ਼ਨ ਗੈਲਰੀ ਦਾ, ਉਹਦੇ 'ਤੇ ਕਰਾਂਗੇ ਕਲਿੱਕ ਅਤੇ ਇੱਧਰੋਂ ਦੋ ਫੋਟੋਆਂ ਆਪਣੀਆਂ ਸਿਲੈਕਟ ਕਰ ਲਾਂਗੇ। ਇਹ ਤੁਸੀਂ ਦੇਖ ਲਿਓ ਕੀ ਲਾਉਣਾ, ਇੱਥੇ ਇਮੋਜੀ ਵੀ ਲਾ ਸਕਦੇ ਹੋ, ਕੋਈ ਐਰੋ ਵਗੈਰਾ ਜੋ ਵੀ ਡਾਊਨਲੋਡ ਕਰੋਗੇ ਤੁਸੀਂ ਗੂਗਲ ਤੋਂ ਡਾਊਨਲੋਡ ਕਰ ਲਿਓ PNG। ਉਹ ਤੋਂ ਬਾਅਦ ਇੱਥੇ ਮੈਂ ਸਿਰਫ ਫੋਟੋਆਂ ਲਾ ਕੇ ਦਿਖਾ ਰਿਹਾ ਤੁਹਾਨੂੰ, ਆ ਗਈਆਂ ਦੋ ਫੋਟੋਆਂ। ਇਹਨੂੰ ਕਰਾਂਗੇ ਸਾਈਡ ਤੋਂ ਫੜ ਕੇ ਛੋਟਾ, ਖੁੰਜਿਆਂ ਤੋਂ ਛੋਟਾ ਹੋਊਗਾ ਅਤੇ ਥੱਲੇ ਉਹ ਉੱਧਰੋਂ ਰੋਟੇਟ ਹੋ ਜਾਣਾ ਗੋਲੂ ਜਿਹੇ ਤੋਂ, ਇਹ ਛੋਟਾ ਕੀਤਾ ਅਤੇ ਇੱਧਰੋਂ ਕਰ ਦੇਣਾ ਰੋਟੇਟ, ਓਕੇ। ਰੱਖਤੀ ਸਾਈਡ 'ਤੇ, ਅਤੇ ਥੱਲੇ ਆਪਸ਼ਨ ਹੈਗਾ ਆਪਣੇ ਤੋਂ ਸਟਾਈਲ ਦਾ, ਉਹਦੇ 'ਤੇ ਕੀਤਾ ਕਲਿੱਕ। ਆ ਪਹਿਲੇ ਵਾਲਾ ਡੱਬਾ ਸਿਲੈਕਟ ਕਰਾਂਗੇ ਲਾਈਨ ਵਾਲਾ, ਇਹਦੇ ਨਾਲ ਲੱਗ ਜੂਗਾ ਬੋਰਡਰ, ਜਿੰਨਾ ਕੁ ਵਧੀਆ ਲੱਗਦਾ ਉਨਾ ਕੁ ਰੱਖ ਲਿਓ। ਲੱਗ ਗਿਆ ਬੋਰਡਰ, ਰਾਊਂਡਨੈਸ ਦੇਖ ਲਿਓ ਥੱਲੇ ਉਹ, ਜੇ ਲਾਉਣੀ ਆ ਠੀਕ ਆ, ਆਪਾਂ ਨਹੀਂ ਲਾਉਣੀ। ਉਹ ਤੋਂ ਬਾਅਦ ਜਾਣਾ ਬੋਰਡਰ ਕਲਰ 'ਤੇ, ਇੱਥੇ ਆਪਾਂ ਵਾਈਟ ਸਿਲੈਕਟ ਕਰ ਲਾਂਗੇ। ਠੀਕ ਆ, ਹੋ ਗਿਆ ਵਾਈਟ ਕਲਰ ਦਾ ਬੋਰਡਰ, ਥੋੜ੍ਹਾ ਬੋਰਡਰ ਇਹਦਾ ਘਟਾ ਦਾਂਗੇ, ਜ਼ਿਆਦਾ ਹੋ ਗਿਆ ਸੀਗਾ, ਹਾਂ ਹੁਣ ਠੀਕ ਆ। ਹੁਣ ਦੂਜੀ ਫੋਟੋ ਸਿਲੈਕਟ ਕਰਕੇ ਫਿਰ ਸਟਾਈਲ 'ਤੇ ਗਏ, ਫਿਰ ਇਹਦੇ ਵੀ ਬੋਰਡਰ ਲਾਤਾ ਅਤੇ ਇਹਦਾ ਵੀ ਕਲਰ ਕਰ ਦੇਣਾ ਆਪਾਂ ਵਾਈਟ, ਵਾਈਟ, ਹਾਂ ਠੀਕ ਆ, ਬੋਰਡਰ ਲੱਗ ਗਿਆ। ਇਹਨੂੰ ਚੱਕ ਕੇ ਥੋੜ੍ਹਾ ਜਿਹਾ ਸਾਈਡ 'ਤੇ ਰੱਖ ਦਾਂਗੇ ਫੋਟੋਆਂ ਨੂੰ, ਇਹਦਾ ਬੋਰਡਰ ਵੀ ਜ਼ਿਆਦਾ ਹੋ ਗਿਆ, ਇਹਦਾ ਵੀ ਘਟਾ ਦਿੰਦੇ ਆਪਾਂ, ਓਕੇ। ਹੁਣ ਇਹ ਬਲੌਗ ਥੋੜ੍ਹਾ ਜਿਹਾ ਨੀਚੇ ਪਿਆ ਵਾ, ਇਹਨੂੰ ਰੱਖ ਦਾਂਗੇ ਥੋੜ੍ਹਾ ਉੱਪਰ। ਸਪੇਸਿੰਗ ਦਾ ਖਿਆਲ ਰੱਖਿਓ, ਸਪੇਸਿੰਗ ਬਹੁਤ ਮੈਟਰ ਕਰਦੀ ਹੁੰਦੀ ਹੈ ਥੰਬਨੇਲ 'ਚ। ਇਹ ਬਣ ਗਿਆ ਆਪਣਾ ਥੰਬਨੇਲ, ਲੱਗ ਰਿਹਾ ਨਾ ਸਿੰਪਲ ਵਧੀਆ ਜਿਹਾ ਘੈਂਟ ਬੰਬ। ਹੁਣ ਇਹਨੂੰ ਆਪਾਂ ਉਹ ਉੱਪਰੋਂ ਕਰ ਦਾਂਗੇ ਡਾਊਨਲੋਡ ਐਰੋ ਤੋਂ, ਇਹਨੇ ਹੋ ਜਾਣਾ ਸੇਵ, ਓਕੇ। ਇਹ ਬਣ ਗਿਆ ਤੁਹਾਡਾ ਥੰਬਨੇਲ। ਹੁਣ ਜੇ ਆਪਾਂ ਬਣਾਉਣਾ ਕਿਸੇ ਫੂਡ ਰਿਲੇਟਿਡ ਥੰਬਨੇਲ, ਕੋਈ ਵੀਡੀਓ ਪਾਈ ਆ ਕਿਸੇ ਨੇ, ਰੈਸਿਪੀ ਵਗੈਰਾ ਦੱਸਦੇ ਹੁੰਦੇ, ਕੋਈ ਟਿਊਟੋਰੀਅਲ ਪਾਉਂਦੇ ਹੁੰਦੇ ਜੀ ਆਹ ਬਣਾਉਣਾ ਸਿੱਖੋ, ਜਾਂ ਫੂਡ ਬਲੌਗ ਬਣਾਉਂਦੇ ਹੁੰਦੇ ਆ ਜੀ ਅੱਜ ਆਪਾਂ ਇੱਥੇ ਗਏ ਆਹ ਖਾਧਾ, ਫੂਡ ਥੰਬਨੇਲ ਸਰਚ ਮਾਰਿਆ, ਫੂਡ ਵਾਲੇ ਆਏ ਨੇ ਥੰਬਨੇਲ, ਠੀਕ ਆ। ਹਾਂ ਦੇਖੋ ਕਿੰਨੇ ਵਧੀਆ ਵਧੀਆ ਹੈ। ਇੱਦਾਂ ਹੀ ਜੇ ਆਪਾਂ ਪਾਉਣਾ ਟਰੈਵਲ ਵਾਲਾ ਬਲੌਗ, ਕਿਤੇ ਘੁੰਮਣ ਗਏ ਉਹ ਆ, ਟਰੈਵਲ ਥੰਬਨੇਲ ਮਾਰਾਂਗੇ ਇੱਥੇ, ਆਹ ਦੇਖੋ ਆ ਗਏ ਕਿੰਨੇ ਵਧੀਆ ਵਧੀਆ ਟਰੈਵਲ ਵਾਲੇ। ਇਹ 'ਚ ਆਪ ਫੋਟੋਆਂ ਰੀਪਲੇਸਾਂ ਕਰਨੀਆਂ ਆਪਣੀਆਂ ਬਸ, ਅਤੇ ਟੈਕਸਟ ਮਾੜਾ ਜਿਹਾ ਰੀਪਲੇਸ ਕਰ ਦਿਓ, ਡਿਜ਼ਾਇਨ ਬਣੇ ਬਣਾਏ ਮਿਲ ਜਾਣੇ, ਹੈ ਨਾ। ਇੱਦਾਂ ਹੀ ਜੇ ਕਿਸੇ ਨੇ ਕਰਨਾ ਟੀਚਿੰਗ ਵਾਲਾ, ਕੋਈ ਟਿਊਟੋਰੀਅਲ ਪਾਉਂਦਾ ਹੈ ਟੀਚਿੰਗ ਵਾਲੇ, ਫਿਰ ਆਪਾਂ ਟੀਚਿੰਗ ਥੰਬਨੇਲ ਸਰਚ ਮਾਰਾਂਗੇ ਅਤੇ ਇੱਥੇ ਆ ਜਾਣਾ ਟੀਚਰ ਵਾਲੇ ਆ ਜਾਣੇ ਥੰਬਨੇਲ, ਜਿਵੇਂ ਕਈ ਔਨਲਾਈਨ ਕਲਾਸਾਂ ਲਾਉਂਦੇ ਹੁੰਦੇ ਆ ਗਏ ਕਿੰਨੇ ਸਾਰੇ ਥੰਬਨੇਲ, ਓਕੇ।
ਹੁਣ ਜੇ ਆਪਾਂ ਸ਼ੁਰੂ ਤੋਂ ਬਣਾਉਣਾ ਆ ਸਕਰੈਚ ਤੋਂ, ਕੋਈ ਟੈਂਪਲੇਟ ਨਹੀਂ ਯੂਜ ਕਰਨਾ, ਇਹਦੇ ਲਈ ਆਪਾਂ ਉਹ ਪਲੱਸ 'ਤੇ ਕਲਿੱਕ ਕਰਨਾ ਅਤੇ ਇੱਥੇ ਕਰਨਾ ਆਪਾਂ ਯੂਟਿਊਬ ਥੰਬਨੇਲ ਸਿਲੈਕਟ, 1280x720 ਇਹਦਾ ਸਾਈਜ਼ ਹੁੰਦਾ ਯੂਟਿਊਬ ਥੰਬਨੇਲ ਦਾ, ਇਹਨੂੰ ਕਰ ਦੇਣਾ ਆਪਾਂ ਸਿਲੈਕਟ। ਸਭ ਤੋਂ ਪਹਿਲੇ ਇੱਦਾਂ ਓਪਨ ਹੁੰਦਾ ਹੁੰਦਾ ਕਿ ਕੋਈ ਤੁਸੀਂ ਟੈਂਪਲੇਟ ਯੂਜ ਕਰਨਾ, ਆਪਾਂ ਨਹੀਂ ਕਰਨਾ, ਇਹਨੂੰ ਨੀਚੇ ਕਰ ਦਾਂਗੇ। ਉਹ ਤੋਂ ਬਾਅਦ ਥੱਲੇ ਜਾਵਾਂਗੇ ਆਪਾਂ, ਉਹ ਲਾਸਟ 'ਚ ਬੈਕਗਰਾਉਂਡ ਲਿਖਿਆ ਹੈ, ਅਤੇ ਬਾਈ ਡਿਫੋਲਟ ਇਹਨਾਂ ਨੇ ਬੈਕਗਰਾਉਂਡ ਦਿੱਤੇ ਹੁੰਦੇ ਆ, ਜੇ ਇਹਨਾਂ ਵਾਲੇ ਯੂਜ ਕਰਨੇ ਇਹਨਾਂ ਵਾਲੇ ਕਰ ਲਿਓ ਯੂਜ, ਜਾਂ ਉੱਪਰ ਉਹ ਕਲਰ ਦਿੱਤੇ ਉਹ ਆਪਾਂ ਉੱਧਰੋਂ ਕਲਰ ਵੀ ਸਿਲੈਕਟ ਕਰ ਸਕਦੇ ਹਾਂ ਜੇ ਪਲੇਨ ਕੋਈ ਕਲਰ ਲਾਉਣਾ, ਨਹੀਂ ਤਾਂ ਉਹ ਥੱਲੇ ਲਿਖਿਆ ਵਾ ਅਪਲੋਡਸ ਦਾ ਬਟਨ, ਜੇ ਆਪਾਂ ਆਪਣਾ ਅਪਲੋਡ ਕਰਨਾ ਹੈ ਨਾ, ਉਹਦੇ 'ਤੇ ਕਰਨਾ ਕਲਿੱਕ, ਅਪਲੋਡ ਫਾਈਲ 'ਤੇ ਕਲਿੱਕ ਕਰਾਂਗੇ ਉੱਪਰ। ਇੱਥੇ ਆਪਾਂ ਆਪਣੀ ਫੋਟੋ ਸਿਲੈਕਟ ਕਰ ਲੈਣੀ, ਜਿਵੇਂ ਆ ਮੈਂ ਹਰਿਮੰਦਰ ਸਾਹਿਬ ਦੀ ਕਰਤੀ ਅਪਲੋਡ, ਪਿਛਲੇ ਹਫ਼ਤੇ ਗਿਆ ਸੀਗਾ ਮੈਂ, ਇਹ ਆ ਗਈ ਫੋਟੋ, ਅਤੇ ਇਹਨੂੰ ਸਾਈਡ ਤੋਂ ਫੜ ਕੇ ਆਪਾਂ ਫੋਟੋ ਸਿਲੈਕਟ ਕਰਕੇ ਇਹਨੂੰ ਕਰ ਦਾਂਗੇ ਵੱਡਾ, ਬੈਕਗਰਾਉਂਡ ਅਕੋਰਡਿੰਗ ਐਡਜਸਟ ਕਰ ਦਾਂਗੇ। ਇਹ ਆ ਗਈ ਫੋਟੋ, ਹੁਣ ਇਹਦੇ ਉੱਤੇ ਲਾਉਣੀ ਆ ਆਪਣੀ ਫੋਟੋ, ਉਹਦਾ ਆਪਾਂ ਪਹਿਲੇ ਕਰਾਂਗੇ ਬੈਕਗਰਾਉਂਡ ਰਿਮੂਵ, ਉਹਦੇ ਲਈ ਜਾਣਾ ਆਪਾਂ ਹੋਈ ਫੋਟੋ ਰੂਮ ਬੀਜੀ ਰਿਮੂਵਰ 'ਚ, ਫੋਟੋ ਸਿਲੈਕਟ ਕਰਕੇ ਆਪਾਂ ਕਰਤਾ ਬੈਕਗਰਾਉਂਡ ਰਿਮੂਵ, ਇਹ ਚੱਲ ਹੋ ਜਾ ਹੋ ਗਿਆ। ਹੁਣ ਇਹਨੂੰ ਵੀ ਕਰ ਲਾਂਗੇ ਆਪਾਂ ਡਾਊਨਲੋਡ, ਇਹ ਕਰਤੀ ਆਪਾਂ ਡਾਊਨਲੋਡ, ਇਹਨੂੰ ਮੈਂ ਕਿਸੇ ਫੋਲਡਰ 'ਚ ਪਾ ਦਿੰਦਾ ਹਾਂ, ਆ ਕੋਪੀ 2 ਵਾਲੇ 'ਚ ਕਰ ਦੇਣਾ ਆਪਾਂ ਪੇਸਟ, ਇਹ ਹੋ ਗਈ ਸੇਵ। ਹੁਣ ਥੱਲੇ ਉਹ ਗੈਲਰੀ ਲਿਖਿਆ ਰਿਹਾ 'ਤੇ ਕਰਨਾ ਕਲਿੱਕ, ਅਤੇ ਇੱਥੇ ਉਹ ਆਪਾਂ ਆਪਣੀ ਫੋਟੋ ਸਿਲੈਕਟ ਕਰ ਲੈਣੀ ਜਿਹੜੀ ਲਾਉਣੀ ਆ ਉੱਪਰ, ਆ ਰਹੀ ਇਹਨੂੰ ਕਰਤਾ ਐਡ ਟੂ ਪੇਜ, ਇਹ ਆ ਗਈ ਫੋਟੋ ਆਪਣੀ, ਇਹਨੂੰ ਸਾਈਡ ਤੋਂ ਵੱਡਾ ਕਰਾਂਗੇ ਫੜ ਕੇ ਖੂੰਜੇ 'ਚੋਂ, ਅਤੇ ਲਾ ਦਾਂਗੇ ਸਾਈਡ 'ਤੇ, ਠੀਕ ਆ, ਐਡਜਸਟ ਕਰਤੀ ਫੋਟੋ, ਛੋਟੀ ਕਰਦੀ ਹੈ ਥੋੜ੍ਹੀ ਜੀ, ਚੱਲ ਹਾਂ ਇੱਥੇ ਠੀਕ ਆ, ਓਕੇ। ਇੱਥੇ ਆਪਾਂ ਕੋਈ ਫਿਲਟਰ ਵੀ ਲਾ ਸਕਦੇ ਹਾਂ ਉੱਪਰ, ਜਿੱਦਾਂ 4 ਫਿਲਟਰ ਹੁੰਦੇ ਆ ਇੰਸਟਾ 'ਚ ਹੁੰਦੇ ਆ ਨਾ, ਇਹ ਤੋਂ ਬਾਅਦ ਫਿਰ ਐਡਜਸਟ 'ਚ ਜਾਵਾਂਗੇ ਬ੍ਰਾਈਟਨੈਸ ਵਗੈਰਾ ਵਧਾਉਣ ਲਈ, ਠੀਕ ਹੈ ਨਾ, ਕੰਟਰਾਸਟ ਵਧਾ ਤੀ, ਬ੍ਰਾਈਟਨੈਸ ਵਧਾ ਦਿੰਦੇ ਹਾਂ, ਫੋਟੋ ਦਾ ਮੇਕਅਪ ਵੀ ਜ਼ਰੂਰੀ ਆ, ਠੀਕ ਆ ਹੁਣ, ਠੀਕ ਆ ਹੁਣ ਫੋਟੋ ਨੂੰ ਕਰਾਂਗੇ ਆਪਾਂ ਵੱਡੀ ਥੋੜ੍ਹੀ ਜੀ, ਛੋਟੀ ਲੱਗਦੀ ਜ਼ਰਾ, ਇਹ ਇੰਨੀ ਕੁ ਠੀਕ ਆ, ਓਕੇ। ਹੁਣ ਜਾਵਾਂਗੇ ਆਪਾਂ ਐਲੀਮੈਂਟਸ 'ਚ, ਇਹਦੇ 'ਤੇ ਕੀਤਾ ਕਲਿੱਕ, ਇੱਥੇ ਜੇ ਕੋਈ ਐਰੋ ਉਰੋ ਲਾਉਣੇ ਆ ਉਹ ਵੀ ਤੁਸੀਂ ਲਾ ਸਕਦੇ ਹੋ ਸਰਚ ਕਰਕੇ, ਆਪਾਂ ਲਾਉਣਾ ਵਾ ਗਰੀਡੀਐਂਟ, ਬਲੈਕ ਗਰੀਡੀਐਂਟ, ਬਲੈਕ ਗਰੀਡੀਐਂਟ ਆਪਾਂ ਸਰਚ ਮਾਰਿਆ, ਥੋੜ੍ਹਾ ਇੱਧਰ ਨੂੰ ਕਰਾਂਗੇ ਤਾਂ ਇੱਥੇ ਆਹ ਵਾਲਾ ਮਿਲ ਜਾਣਾ ਆਪਾਂ ਨੂੰ, ਇਹਨੂੰ ਕਰਤਾ ਸਿਲੈਕਟ, ਇਹਨਾਂ ਇੱਕ ਪਾਸੇ ਬਲੈਕ ਰਹੂਗਾ, ਇੱਕ ਪਾਸੇ ਸਿੰਪਲ ਪਲੇਨ ਜਿਹਾ ਹੈ ਨਾ, ਓਪੈਸਿਟੀ ਘੱਟ ਹੁੰਦੀ ਇੱਕ ਪਾਸੇ ਬਲੈਕ ਦੀ, ਇਹਨੂੰ ਪੂਰੇ 'ਤੇ ਆਪਾਂ ਐਡਜਸਟ ਕਰਕੇ, ਅਤੇ ਥੱਲੇ ਆਪਸ਼ਨ ਹੋਣਾ ਲੇਅਰਸ ਦਾ, ਲੇਅਰਸ 'ਚ ਗਏ ਅਤੇ ਇਹਨੂੰ ਚੱਕ ਕੇ ਆਪਾਂ ਆਪਣੀ ਫੋਟੋ ਦੇ ਨੀਚੇ ਰੱਖ ਦੇਣਾ, ਮਤਲਬ ਆਪਣੀ ਫੋਟੋ ਉੱਪਰ ਆ ਗਈ ਅਤੇ ਬਲੈਕ ਲੇਅਰ ਚਲੇ ਗਈ ਨੀਚੇ, ਅਤੇ ਉਹ ਤੋਂ ਬਾਅਦ ਜਾਣਾ ਟਰਾਂਸਪਰੈਂਸੀ 'ਚ, ਅਤੇ ਇਹਦੀ ਥੋੜ੍ਹੀ ਜਿਹੀ ਓਪੈਸਿਟੀ ਆਪਾਂ ਘਟਾ ਦਾਂਗੇ ਤਾਂ ਕਿ ਬੈਕਗਰਾਉਂਡ ਵੀ ਦਿਖੇ ਅਤੇ ਸਾਡੀ ਫੋਟੋ ਵੀ ਲਿਸ਼ਕਾਰੇ ਮਾਰੇ, ਓਕੇ। ਇਹਨੂੰ ਆਪਾਂ ਪਹਿਲੇ ਥੋੜ੍ਹੀ ਛੋਟੀ ਕਰਾਂਗੇ ਕਿਉਂਕਿ ਬੈਕਗਰਾਉਂਡ ਸਿਲੈਕਟ ਕਰਨਾ, ਇਹਦੀ ਵੀ ਆਪਾਂ ਥੋੜ੍ਹੀ ਜਿਹੀ ਬ੍ਰਾਈਟਨੈਸ ਵਗੈਰਾ ਵਧਾਈਏ, ਬੈਕਗਰਾਉਂਡ ਦੀ ਸੈਚੂਰੇਸ਼ਨ ਵਧਾ ਦਿੰਦੇ ਹਾਂ, ਕੰਟਰਾਸਟ ਵਧਾ ਦਿੰਦੇ ਹਾਂ, ਠੀਕ ਆ। ਉਹ ਤੋਂ ਬਾਅਦ ਆਹ ਉੱਪਰ ਵਾਲੀ ਲੇਅਰ ਨੂੰ ਫਿਰ ਵੱਡਾ ਕਰ ਦਿੰਦੇ ਹਾਂ,
ਹੁਣ ਆਪਾਂ ਉੱਪਰ ਲਿਖਣਾ ਟੈਕਸਟ, ਉਹਦੇ ਲਈ ਥੱਲੇ ਟੈਕਸਟ ਲਿਖਿਆ ਟੀ, ਇਹਦੇ 'ਤੇ ਕੀਤਾ ਕਲਿੱਕ। ਇਹਦੇ ਨੀਚੇ ਬਹੁਤ ਵਧੀਆ ਵਧੀਆ ਟੈਂਪਲੇਟ ਟੈਕਸਟ ਦੇ ਵੀ ਬਣੇ ਪਏ ਨੇ, ਜੇ ਇਹ ਵਾਲਾ ਆਪਾਂ ਯੂਜ਼ ਕਰਨਾ ਇਹ ਵਾਲਾ ਯੂਜ਼ ਕਰ ਲਾਂਗੇ, ਨਹੀਂ ਤਾਂ ਆਪਾਂ ਆਪਣਾ ਲਿਖਦੇ ਹਾਂ। ਛੱਡੋ ਇਹਨਾਂ ਨੂੰ, ਉੱਪਰੋਂ ਐਡ ਹੈਡਿੰਗ ਨੂੰ ਕਰਤਾ ਆਪਾਂ ਸਿਲੈਕਟ। ਇੱਥੇ ਆਪਾਂ ਲਿਖਾਂਗੇ ਸ਼੍ਰੀ ਦਰਬਾਰ ਸਾਹਿਬ, ਇਹ ਸਾਹਿਬ, ਠੀਕ ਆ, ਓਕੇ, ਆ ਲਿਖਤਾ। ਇਹਦਾ ਕਰਾਂਗੇ ਆਪਾਂ ਫੋਂਟ ਚੇਂਜ, ਥੱਲੇ ਫੋਂਟਸ 'ਤੇ ਗਏ, ਫੋਂਟ ਇੱਥੋਂ ਆਪਾਂ ਕਰਤਾ ਆਹ ਵਾਲਾ ਸਿਲੈਕਟ। ਫੋਂਟ ਵੀ ਬਹੁਤ ਸਾਰੇ ਆ, ਜਿਹੜਾ ਵਧੀਆ ਲੱਗਦਾ ਉਹ ਵਾਲਾ ਤੁਸੀਂ ਚੂਜ਼ ਕਰ ਸਕਦੇ ਹੋ, ਮੈਂ ਆਹ ਵਾਲਾ ਚੂਜ਼ ਕਰ ਲਿਆ। ਉਹ ਤੋਂ ਬਾਅਦ ਫੋਂਟ ਸਾਈਜ਼, ਫੋਂਟ ਸਾਈਜ਼ ਆਪਾਂ ਕਰ ਦਾਂਗੇ ਥੋੜ੍ਹਾ ਜਿਹਾ ਵੱਡਾ ਅਤੇ ਚੱਕ ਕੇ ਰੱਖ ਦਾਂਗੇ ਨੀਚੇ, ਓਕੇ, ਹਾਂ ਠੀਕ ਆ। ਉਹ ਤੋਂ ਬਾਅਦ ਕਲਰ, ਕਲਰ ਆਪਾਂ ਕਰਾਂਗੇ ਵਾਈਟ ਵਾਲਾ, ਇਹ ਆਹ ਸਿਲੈਕਟ ਕਰਤਾ, ਓਕੇ, ਕਲਰ ਵੀ ਹੋ ਗਿਆ। ਇਹਨੂੰ ਆਪਾਂ ਨਹੀਂ ਛੱਡਾਂਗੇ। ਉਹ ਤੋਂ ਬਾਅਦ ਜਾਵਾਂਗੇ ਆਪਾਂ, ਚਲੋ ਚਲੋ, ਇਫੈਕਟਸ 'ਚ। ਉਹ ਤੋਂ ਬਾਅਦ ਇਫੈਕਟ ਸਿਲੈਕਟ ਕੀਤਾ, ਇਹ 'ਚ ਟੈਕਸਟ ਦੇ ਇਫੈਕਟ ਆ ਜਾਂਦੇ ਆ ਕਿੰਨੇ ਸਾਰੇ, ਆ ਸਟਰੋਕ ਵਾਲਾ ਹੋ ਗਿਆ, ਨਾਲ ਸ਼ੈਡੋ ਵਾਲਾ ਪਿਆ ਵਾ। ਆਪਾਂ ਜਾਵਾਂਗੇ ਆ ਲਾਸਟ ਵਾਲਾ ਬੈਕਗਰਾਊਂਡ ਵਾਲੇ 'ਚ, ਜਿਹਦੇ ਪਿੱਛੇ ਬੈਕਗਰਾਊਂਡ ਲੱਗਿਆ ਹੋਇਆ, ਉਹਦੇ 'ਤੇ ਆਪਾਂ ਕਰਨਾ ਦੁਬਾਰਾ ਕਲਿੱਕ ਉਹਨੂੰ ਐਡਜਸਟ ਕਰਨ ਲਈ। ਆ ਸਪਰੈਡ ਵਾਲੇ ਨਾਲ ਥੋੜ੍ਹਾ ਇਕੱਠਾ ਜਿਹਾ ਹੋ ਜਾਊਗਾ ਬਲੈਕ ਬਲੈਕ, ਟਰਾਂਸਪਰੈਂਸੀ ਆਪਾਂ ਘਟਾ ਦਾਂਗੇ ਥੋੜ੍ਹੀ, ਅਤੇ ਰਾਊਂਡਨੈਸ ਵੀ ਜ਼ੀਰੋ ਕਰ ਦਾਂਗੇ। ਇੱਥੇ ਆਪਾਂ ਇਮੋਜੀ ਐਡ ਕਰ ਦਿੰਦੇ ਹਾਂ, ਹੱਥ ਜੋੜ ਲੈਂਦੇ ਹਾਂ, ਹਾਂਜੀ, ਇਹ ਆ ਗਿਆ ਟੈਕਸਟ ਆਪਣਾ। ਇੱਥੇ ਨਹੀਂ ਸਹੀ ਲੱਗਦਾ, ਨਹੀਂ, ਟੈਕਸਟ ਆਪਾਂ ਵੱਡਾ ਹੀ ਲਿਖਣਾ ਥੰਬਨੇਲਾਂ 'ਚ, ਕਿਉਂਕਿ ਫੋਨ 'ਚ ਟੈਕਸਟ ਛੋਟਾ ਜਿਹਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਸੋ ਟੈਕਸਟ ਹਮੇਸ਼ਾ ਵੱਡਾ ਜਿਹਾ ਕਰਕੇ ਲਿਖਿਓ, ਓਕੇ। ਪਿੱਛੇ ਦਰਬਾਰ ਸਾਹਿਬ ਜੀ ਦੀ ਫੋਟੋ ਥੋੜ੍ਹੀ ਵੱਡੀ ਕਰੂੰਗਾ, ਉਹਦੇ ਲਈ ਆਪਾਂ ਫੋਟੋਸ ਕਰਨੀਆਂ ਸਿਲੈਕਟ, ਹੈ ਨਾ, ਉਹਦੇ ਲਈ ਆਪਾਂ ਥੱਲੇ ਜਾਣਾ ਲੇਅਰ ਵਾਲੇ ਆਪਸ਼ਨ 'ਚ, ਅਤੇ ਫੋਟੋ ਸਿਲੈਕਟ ਕੀਤੀ ਆਪਾਂ ਅਤੇ ਕਰ ਦਾਂਗੇ ਵੱਡੀ, ਕਿਉਂਕਿ ਉਹਦੇ ਉੱਪਰ ਬਲੈਕ ਲੇਅਰ ਪਈ ਆ, ਉੱਧਰੋਂ ਸਿਲੈਕਟ ਹੋਣੀ ਨਹੀਂ ਸੀਗੀ, ਇਸ ਲਈ ਆਪਾਂ ਲੇਅਰ 'ਚ ਜਾ ਕੇ ਆਪਾਂ ਸਿਲੈਕਟ ਕਰਤੀ, ਇਹ ਵੱਡੀ ਕਰਕੇ ਉੱਪਰ ਰੱਖਤੀ। ਹਾਂ, ਇੱਦਾਂ ਹੀ ਜੇ ਆਪਾਂ ਉਹ ਬਲੈਕ ਵਾਲੀ ਲੇਅਰ ਦੀ ਓਪੈਸਿਟੀ ਵਧਾਉਣੀ ਆ ਘਟਾਉਣੀ ਆ, ਉਹ ਆਪਣੇ 'ਤੇ ਡਿਪੈਂਡ ਆ ਕਿੰਨੀ ਕੁ ਰੱਖਣੀ ਆ, ਉਹ ਲੇਅਰ ਸਿਲੈਕਟ ਕਰਕੇ ਆਪਾਂ ਟ੍ਰਾਂਸਪਰੈਂਸੀ 'ਚ ਜਾ ਕੇ ਉਹਨੂੰ ਵਧਾ ਘਟਾ ਸਕਦੇ ਹਾਂ, ਓਕੇ। ਲਓ ਜੀ, ਬਣ ਗਿਆ ਤੁਹਾਡਾ ਥੰਬਨੇਲ। ਇਹ 'ਚ ਆਪਾਂ ਜੇ ਕਿਤੇ ਦਰਬਾਰ ਸਾਹਿਬ ਗਏ ਹੋਵੋਗੇ, ਉੱਥੇ ਵੀਡੀਓ ਬਣਾਈ ਹੋਊਗੀ, ਉਹ ਬਣਾ ਕੇ ਆਪਾਂ ਯੂਟਿਊਬ 'ਚ ਪਾ ਸਕਦੇ ਹਾਂ, ਬਣਾ ਕੇ ਦੇਖਿਓ। ਜੇ ਕਿਤੇ ਪ੍ਰੋਬਲਮ ਆਉਂਦੀ ਆ ਕਮੈਂਟ ਕਰਕੇ ਪੁੱਛ ਲਿਓ ਮੇਰੇ ਤੋਂ, ਹਾਂਜੀ ਇਹ ਪ੍ਰੋਬਲਮ ਆਉਂਦੀ ਆ। ਚਲੋ ਜੀ, ਚੰਗਾ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ, ਸਤਿ ਸ਼੍ਰੀ ਅਕਾਲ, ਟਾਟਾ, ਬਾਏ ਬਾਏ।